ਪੈਟਰੋਲ ਪੰਪ ਤੇ ਦੋ ਬਾਈਕ ਸਵਾਰਾਂ ਨੂੰ ਹੁਸ਼ਿਆਰੀ ਮਾਰਨੀ ਉਦੋਂ ਮਹਿੰਗੀ ਪੈ ਗਈ ਜਦੋਂ ਪੈਟਰੋਲ ਪੰਪ ਦੇ ਕਰਿੰਦੇ ਨੇ ਹੀ ਉਹਨਾਂ ਭੱਜਦਿਆਂ ਨੂੰ ਰਾਹ ਚ ਦਬੋਚ ਲਿਆ। ਦਰਅਸਲ ਦੋਵੇਂ ਬਦਮਾਸ਼ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਦੇ ਲਈ ਆਉਂਦੇ ਨੇ ਤੇ ਬਿਨਾਂ ਪੈਸੇ ਦਿੱਤੇ ਹੀ ਉੱਥੋਂ ਚਕਮਾ ਦੇ ਕੇ ਫਰਾਰ ਹੋ ਜਾਂਦੇ ਨੇ। ਅਜਿਹੇ ਵਿੱਚ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਵੀ ਬਿਨਾਂ ਦੇਰ ਕੀਤੇ ਲਿਫਟ ਲੈ ਕੇ ਇਹਨਾਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਰਾਹ ਦੇ ਵਿੱਚ ਇਹਨਾਂ ਨੂੰ ਦਬੋਚ ਲਿਆ ਜਾਂਦਾ ਹੈ ਤੇ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ। ਪੰਪ ਦੇ ਕਰਿੰਦੇ ਨੇ ਦੱਸਿਆ ਹੈ ਕਿ ਇਹ ਦੋ ਬਾਈਕ ਸਵਾਰ ਦੇਰ ਰਾਤ ਪੈਟਰੋਲ ਪੰਪ ਤੇ ਆਉਂਦੇ ਨੇ, ਪੈਟਰੋਲ ਪਵਾਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਹੇਠਾਂ ਉਤਰ ਜਾਂਦਾ ਹੈ ਅਤੇ ਉਹ ਫਰੈਸ਼ ਹੋਣ ਦੇ ਲਈ ਬਾਥਰੂਮ ਵੱਲ ਚਲਾ ਜਾਂਦਾ ਹੈ, ਜਦਕਿ ਦੂਸਰਾ ਬਾਈਕ ਤੇ ਬੈਠ ਕੇ ਪੈਟਰੋਲ ਪਵਾ ਰਿਹਾ ਹੁੰਦਾ ਹੈ। ਇਸੇ ਦੌਰਾਨ ਹੀ ਕੁਝ ਹੋਰ ਪੈਟਰੋਲ ਪਵਾਉਣ ਦੇ ਲਈ ਗਾਹਕ ਆ ਜਾਂਦੇ ਨੇ ਅਤੇ ਇਹ ਨੌਜਵਾਨ ਸਾਈਡ ਤੇ ਖੜਾ ਹੋ ਜਾਂਦਾ ਹੈ। ਜਿਵੇਂ ਹੀ ਦੂਸਰਾ ਬੰਦਾ ਬਾਥਰੂਮ ਤੋਂ ਬਾਹਰ ਨਿਕਲਦਾ ਹੈ ਤਾਂ ਉਹ ਬਾਈਕ ਚਲਾ ਕੇ ਦੋਵੇਂ ਹੀ ਫਰਾਰ ਹੋ ਜਾਂਦੇ ਨੇ। ਅਜਿਹੇ ਚ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਵੀ ਪੈਟਰੋਲ ਪਵਾਉਣ ਆਏ ਗਾਹਕ ਤੋਂ ਹੀ ਲਿਫਟ ਲਈ ਜਾਂਦੀ ਹੈ ਤੇ ਇਹਨਾਂ ਪੈਟਰੋਲ ਪਵਾ ਕੇ ਭੱਜੇ ਬਦਮਾਸ਼ਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਰਾਹ ਵਿੱਚ ਇਹਨਾਂ ਨੂੰ ਦਬੋਚ ਲਿਆ ਜਾਂਦਾ ਹੈ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਹ ਸਾਰੀ ਵਾਰਦਾਤ ਦੀ ਇਸ ਸੀਸੀਟੀਵੀ ਵੀਡੀਓ ਹੈ ਜਿਸ ਦੇ ਵਿੱਚ ਸਭ ਕੁਝ ਸਾਫ਼ ਦਿਖਾਈ ਦਿੱਤਾ ਹੈ, ਕਿਸ ਤਰ੍ਹਾਂ ਇਹ ਨੌਜਵਾਨ ਆਉਂਦੇ ਨੇ ਬਾਈਕ ਸਵਾਰ ਜੋ ਪੈਟਰੋਲ ਪਵਾਉਂਦੇ ਨੇ ਅਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਮੌਕਾ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਅਤੇ ਪੰਪ ਦੇ ਕਰਿੰਦੇ ਵੱਲੋਂ ਤੇਲ ਪਵਾਉਣ ਆਏ ਗਾਹਕ ਤੋਂ ਹੀ ਲਿਫਟ ਲੈ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਇਹ ਵੀਡੀਓ ਜਲੰਧਰ ਦੇ ਪਠਾਨਕੋਟ ਬਾਈਪਾਸ ਦੇ ਨਜ਼ਦੀਕ ਪੈਟਰੋਲ ਪੰਪ ਦੀ ਹੈ ਜਿੱਥੇ ਇਹ ਦੋਵੇਂ ਬਾਈਕ ਸਵਾਰ ਰਾਤ ਸਮੇਂ ਪੈਟਰੋਲ ਪਵਾਉਣ ਦੇ ਲਈ ਪਹੁੰਚੇ ਸਨ ਅਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਚਕਮਾ ਦੇ ਕੇ ਉੱਥੋਂ ਭੱਜ ਨਿਕਲਦੇ ਨੇ। ਪੰਪ ਦੇ ਕਰਿੰਦੇ ਦੇ ਵੱਲੋਂ ਬੜੀ ਹੀ ਮੁਸਤੈਦੀ ਦਿਖਾਉਂਦਿਆਂ ਲਿਫਟ ਲੈ ਕੇ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ਤੇ ਦੋ ਬਾਈਕ ਸਵਾਰਾਂ ਨੂੰ ਹੁਸ਼ਿਆਰੀ ਮਾਰਨੀ ਉਦੋਂ ਮਹਿੰਗੀ ਪੈ ਗਈ ਜਦੋਂ ਪੈਟਰੋਲ ਪੰਪ ਦੇ ਕਰਿੰਦੇ ਨੇ ਹੀ ਉਹਨਾਂ ਭੱਜਦਿਆਂ ਨੂੰ ਰਾਹ ਚ ਦਬੋਚ ਲਿਆ। ਦਰਅਸਲ ਦੋਵੇਂ ਬਦਮਾਸ਼ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਦੇ ਲਈ ਆਉਂਦੇ ਨੇ ਤੇ ਬਿਨਾਂ ਪੈਸੇ ਦਿੱਤੇ ਹੀ ਉੱਥੋਂ ਚਕਮਾ ਦੇ ਕੇ ਫਰਾਰ ਹੋ ਜਾਂਦੇ ਨੇ। ਅਜਿਹੇ ਵਿੱਚ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਵੀ ਬਿਨਾਂ ਦੇਰ ਕੀਤੇ ਲਿਫਟ ਲੈ ਕੇ ਇਹਨਾਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਰਾਹ ਦੇ ਵਿੱਚ ਇਹਨਾਂ ਨੂੰ ਦਬੋਚ ਲਿਆ ਜਾਂਦਾ ਹੈ ਤੇ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ। ਪੰਪ ਦੇ ਕਰਿੰਦੇ ਨੇ ਦੱਸਿਆ ਹੈ ਕਿ ਇਹ ਦੋ ਬਾਈਕ ਸਵਾਰ ਦੇਰ ਰਾਤ ਪੈਟਰੋਲ ਪੰਪ ਤੇ ਆਉਂਦੇ ਨੇ, ਪੈਟਰੋਲ ਪਵਾਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਹੇਠਾਂ ਉਤਰ ਜਾਂਦਾ ਹੈ ਅਤੇ ਉਹ ਫਰੈਸ਼ ਹੋਣ ਦੇ ਲਈ ਬਾਥਰੂਮ ਵੱਲ ਚਲਾ ਜਾਂਦਾ ਹੈ, ਜਦਕਿ ਦੂਸਰਾ ਬਾਈਕ ਤੇ ਬੈਠ ਕੇ ਪੈਟਰੋਲ ਪਵਾ ਰਿਹਾ ਹੁੰਦਾ ਹੈ। ਇਸੇ ਦੌਰਾਨ ਹੀ ਕੁਝ ਹੋਰ ਪੈਟਰੋਲ ਪਵਾਉਣ ਦੇ ਲਈ ਗਾਹਕ ਆ ਜਾਂਦੇ ਨੇ ਅਤੇ ਇਹ ਨੌਜਵਾਨ ਸਾਈਡ ਤੇ ਖੜਾ ਹੋ ਜਾਂਦਾ ਹੈ। ਜਿਵੇਂ ਹੀ ਦੂਸਰਾ ਬੰਦਾ ਬਾਥਰੂਮ ਤੋਂ ਬਾਹਰ ਨਿਕਲਦਾ ਹੈ ਤਾਂ ਉਹ ਬਾਈਕ ਚਲਾ ਕੇ ਦੋਵੇਂ ਹੀ ਫਰਾਰ ਹੋ ਜਾਂਦੇ ਨੇ। ਅਜਿਹੇ ਚ ਪੈਟਰੋਲ ਪੰਪ ਦੇ ਕਰਿੰਦੇ ਵੱਲੋਂ ਵੀ ਪੈਟਰੋਲ ਪਵਾਉਣ ਆਏ ਗਾਹਕ ਤੋਂ ਹੀ ਲਿਫਟ ਲਈ ਜਾਂਦੀ ਹੈ ਤੇ ਇਹਨਾਂ ਪੈਟਰੋਲ ਪਵਾ ਕੇ ਭੱਜੇ ਬਦਮਾਸ਼ਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਰਾਹ ਵਿੱਚ ਇਹਨਾਂ ਨੂੰ ਦਬੋਚ ਲਿਆ ਜਾਂਦਾ ਹੈ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਹ ਸਾਰੀ ਵਾਰਦਾਤ ਦੀ ਇਸ ਸੀਸੀਟੀਵੀ ਵੀਡੀਓ ਹੈ ਜਿਸ ਦੇ ਵਿੱਚ ਸਭ ਕੁਝ ਸਾਫ਼ ਦਿਖਾਈ ਦਿੱਤਾ ਹੈ, ਕਿਸ ਤਰ੍ਹਾਂ ਇਹ ਨੌਜਵਾਨ ਆਉਂਦੇ ਨੇ ਬਾਈਕ ਸਵਾਰ ਜੋ ਪੈਟਰੋਲ ਪਵਾਉਂਦੇ ਨੇ ਅਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਮੌਕਾ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਅਤੇ ਪੰਪ ਦੇ ਕਰਿੰਦੇ ਵੱਲੋਂ ਤੇਲ ਪਵਾਉਣ ਆਏ ਗਾਹਕ ਤੋਂ ਹੀ ਲਿਫਟ ਲੈ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਇਹ ਵੀਡੀਓ ਜਲੰਧਰ ਦੇ ਪਠਾਨਕੋਟ ਬਾਈਪਾਸ ਦੇ ਨਜ਼ਦੀਕ ਪੈਟਰੋਲ ਪੰਪ ਦੀ ਹੈ ਜਿੱਥੇ ਇਹ ਦੋਵੇਂ ਬਾਈਕ ਸਵਾਰ ਰਾਤ ਸਮੇਂ ਪੈਟਰੋਲ ਪਵਾਉਣ ਦੇ ਲਈ ਪਹੁੰਚੇ ਸਨ ਅਤੇ ਫਿਰ ਬਿਨਾਂ ਪੈਸੇ ਦਿੱਤੇ ਹੀ ਚਕਮਾ ਦੇ ਕੇ ਉੱਥੋਂ ਭੱਜ ਨਿਕਲਦੇ ਨੇ। ਪੰਪ ਦੇ ਕਰਿੰਦੇ ਦੇ ਵੱਲੋਂ ਬੜੀ ਹੀ ਮੁਸਤੈਦੀ ਦਿਖਾਉਂਦਿਆਂ ਲਿਫਟ ਲੈ ਕੇ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।